ਜੁੜੀ ਹੋਈ ਆ, ਕੋਈ ਆਨੰਦ ਲਿਆ ਹੋਇਆ, ਕੋਈ ਕੌਤਕ ਦੇਖਿਆ ਹੋਇਆ, ਬਾਕੀ ਨੇ ਤਾਂ ਬਸ ਜਲੇਬੀਆਂ ਆਏ ਨਹੀਂ ਸੀ, ਲੰਗਰ ਆਏ ਨਹੀਂ ਸੀ, ਇੱਥੇ ਉਹ 'ਚ ਮਿਰਚਾਂ ਜ਼ਿਆਦਾ ਸੀ, ਉਹ ਫਲਾਨਾ ਢਿਮਕਾ ਸੀ, ਕਿਉਂਕਿ ਇਹੀਆਂ ਜਿਹੀਆਂ ਗੱਲਾਂ ਸੰਸਾਰੀ ਲੋਕ ਉਹੀ ਕਰਦੇ ਨੇ ਖਾਣ ਪੀਣ ਪਹਿਰਨ ਦੀਆਂ, ਜਿਨ੍ਹਾਂ ਨੂੰ ਆਨੰਦ ਨਹੀਂ ਆਇਆ। ਸੰਸਾਰ ਦੇ ਆਨੰਦ ਆਨੰਦ ਸਭ ਕੋ ਕਾਇਆ, ਆਨੰਦ ਗੁਰੂ 'ਤੇ ਜਾਣਿਆ, ਆਨੰਦ ਆਇਆ ਹੀ ਨਹੀਂ। ਇਸ ਕਰਕੇ ਆਪਾਂ ਦੁਨਿਆਵੀ ਭੋਗਾਂ ਪਦਾਰਥਾਂ ਵੱਲ ਜ਼ਿਆਦਾ ਹੀ ਤੁਰੇ ਹੋਏ। ਮੇਰੇ ਦੇਖਦਿਆਂ ਦੇਖਦਿਆਂ ਜਦੋਂ ਦਾ ਮੈਂ ਇਹ ਲਾਈਨ 'ਚ ਆਇਆ, 57 'ਚ ਮੇਰਾ ਜਨਮ ਹੋਇਆ, 74 'ਚ ਮੈਂ ਮਹਾਂਪੁਰਖਾਂ ਨਾਲ ਗਿਆ ਸੀ ਆਹ ਵਿੱਦਿਆ ਸਿੱਖਣ, ਆਹ ਦੇਖੋ ਹੁਣ 74 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ। ਉਦੋਂ ਨਾਲ ਲੈ ਕੇ ਹੁਣ ਤੱਕ ਬਹੁਤ ਫਰਕ ਪੈ ਗਿਆ ਸਿੱਖਾਂ ਦੇ ਵਿੱਚ, ਹੁਣ ਉਹ ਸਿੱਖ ਹੀ ਨਹੀਂ ਰਹੇ। ਸੰਤਾਂ ਨਾਲ ਜਦ ਮੈਂ 74 'ਚ ਸੀ, 75, 76, 77, ਉਦੋਂ ਆਮ ਹੀ ਸਾਡੇ ਟਕਸਾਲ ਦੇ ਵਿੱਚ ਵੀ ਇਹ ਸਿੰਘ 50 ਮਾਲਾ ਕਰਦਾ, ਇਹ 108 ਮਾਲਾ ਕਰਦਾ, ਇਹ ਇੰਨੇ ਜਪਜੀ ਸਾਹਿਬ ਕਰਦਾ, ਇਹ ਸਹਿਜ ਪਾਠ ਹੀ ਕਰੀ ਜਾਂਦਾ, ਇਹ ਇੰਨੇ ਜੋੜੇ ਝਾੜਦਾ, ਇੰਨੇ ਭਾਂਡੇ ਮਾਂਜਦਾ। ਉਦੋਂ ਇਹਨਾਂ ਗੱਲਾਂ ਨੂੰ ਸਤਿਕਾਰ ਦਿੰਦੇ ਸੀ ਅਸੀਂ, ਇਹ ਬਹੁਤ ਬਾਣੀ ਪੜ੍ਹਨ ਵਾਲਾ ਸਿੱਖ ਹੈ। ਹੁਣ ਕਿਤੇ ਵੀ ਨਹੀਂ ਹੈਗਾ ਕੋਈ, ਹੁਣ ਜਿੱਥੇ ਮਰਜ਼ੀ ਚਲੇ ਜਾਓ, ਚਾਹੇ ਕਿਸੇ ਡੇਰੇ ਚਲੇ ਜਾਓ ਮਹਾਂਪੁਰਖਾਂ ਕੋਲ, ਚਾਹੇ ਕਿਤੇ ਵੀ ਚਲੇ ਜਾਓ, ਤੁਹਾਨੂੰ ਵੀ ਪੁੱਛ ਲਓ, ਪਹਿਲਾਂ ਤਾਂ ਇਹੀ ਪੁੱਛ ਲਓ ਵੀ ਜਪਜੀ ਸਾਹਿਬ ਕਿੰਨਿਆਂ ਨੂੰ ਕੰਠ ਹੈ। ਪੜ੍ਹਨ ਨਾਲ ਚਲੋ ਗੁੱਟ ਕੇ ਪੋਥੀ ਤੋਂ ਸਾਰੇ ਪੜ੍ਹ ਲੈਂਦੇ ਆ, ਜੇ ਮੈਂ ਹੱਥ ਖੜੇ ਕਰਾਵਾਂ ਵੀ ਜਪਜੀ ਸਾਹਿਬ ਪੜ੍ਹਨ ਵਾਲਾ, ਜੇ 100 ਜਣਾ ਨਿਕਲਿਆਊ, ਜੇ ਕੰਠ ਕਿੰਨਿਆਂ ਨੂੰ ਫਿਰ 25 ਜਾਣੇ, ਜੇ ਇੱਕ ਹੋਰ ਹੱਲਾ ਮਾਰ ਕੇ ਕਿ ਵੀ ਜਾਪ ਸਾਹਿਬ ਕਿੰਨੇ ਜਾਣੇ ਪੜ੍ਹਦੇ ਆ, ਉਹ 4-5 ਤੋਂ ਵੱਧ ਨਹੀਂ ਨਿਕਲਣੇ। ਕੰਠ ਕਿੰਨਿਆਂ ਨੂੰ ਹੈ, ਕੰਠ ਵਾਲੇ ਫਿਰ 2-3 ਹੀ ਨਿਕਲਣਗੇ, ਉਹ ਵੀ ਸ਼ੁੱਧ ਨਹੀਂ ਆਉਣਾ ਉਹਨਾਂ ਦਾ। ਹੁਣ ਸਾਰੇ ਕਹਿੰਦੇ ਸਾਡੇ ਘਰ 'ਚ ਪ੍ਰੋਬਲਮ ਹੈ, ਸਾਡੇ ਘਰ ਦੇ ਵਿੱਚ ਆਏ ਹਾਂ, ਸਾਧੀ ਵਿਆਧੀ ਉਪਾਧੀ, ਇਹ ਆਧੀਆਂ ਵਿਆਧੀਆਂ ਉਪਾਧੀਆਂ 5 ਬਾਣੀਆਂ ਨੇ ਹੀ ਕੱਟਣੀਆਂ ਸੀ। ਜਦੋਂ ਇੱਕ ਹੁੰਦੀ ਖੁਸ਼ਬੂ ਲੈਣ ਵਾਲੀ ਚੀਜ਼, ਗੁਲਾਬ ਦਾ ਫੁੱਲ ਹੈ ਬੜਾ ਸੋਹਣਾ, ਆਤਮਕ ਆਨੰਦ ਹੈ। ਹੋਰ ਇੱਕ ਆਉਂਦਾ ਵੀ ਜਦੋਂ ਆਪਾਂ ਕੱਟਣਾ ਹੀ ਕੱਟਣਾ, ਬਸ ਜਦੋਂ ਕੱਟਣ ਵਾਸਤੇ ਲੈ ਸਬਜ਼ੀ ਕੱਟਣੀ ਹੈ, ਗੁਲਾਬ ਦਾ ਫੁੱਲ ਤਾਂ ਉਹਨੂੰ ਕੱਟ ਨਹੀਂ ਸਕਦਾ, ਤਾਂ ਖੁਸ਼ਬੂ ਦਿੰਦਾ। ਉਦੋਂ ਆਪਾਂ ਚਾਕੂ ਲਿਆਉਣਾ, ਫਿਰ ਕਣਕ ਕੱਟਣੀ ਦਾਤੀ ਲਿਆਉਣੀ ਹੈ, ਅਤੇ ਜੇ ਕੰਬਾਈਨ ਲਿਆਉਂਦੀ ਫਿਰ ਤਾਂ ਬਸ ਸ਼ਾਮ ਤੱਕ ਸਾਰਾ ਖੇਤ ਸਾਫ਼ ਹੈ। ਜਾਪ ਸਾਹਿਬ ਦਾ ਪਾਠ ਕੰਬਾਈਨ ਵਾਂਗੂ ਪਾਪਾਂ ਨੂੰ ਕੱਟਦਾ। ਜੇ ਕੋਈ ਜਾਪ ਸਾਹਿਬ ਸਵਈਏ ਚੌਪੀ ਸਾਹਿਬ ਆਨੰਦ ਸਾਹਿਬ ਕਰੇ ਅਕਾਲ ਉਸਤਤ, ਉੱਧਰ ਨੂੰ ਤਾਂ ਇਹ ਕੀ ਤੁਰਨੇ, ਤਾਂ ਜਾਪ ਸਾਹਿਬ ਹੀ ਨਹੀਂ ਪੜ੍ਹਦੇ, ਜਾਪ ਸਾਹਿਬ ਕੰਠ ਹੀ ਨਹੀਂ ਕਰਦੇ, ਅਕਾਲ ਉਸਤਤ ਤਾਂ ਪੜ੍ਹਨਾ ਹੀ ਕਿਸੇ ਨੇ ਕੀ ਹੈ। ਹੋਰ ਬਾਣੀਆਂ ਜਿਹੜੀਆਂ ਬ੍ਰਹਮ ਕਵਚ ਆਦਿਕ ਗੁਰਾਂ ਨੇ ਬਖਸ਼ਿਸ਼ ਕੀਤੀਆਂ, ਸ਼ਸਤਰ ਨਾਮ ਮਾਲਾ ਬਖਸ਼ਿਸ਼ ਕੀਤੀ, ਚਿੱਤਰ ਨਾਟਕ ਬਖਸ਼ਿਸ਼ ਕੀਤਾ, ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ, ਕਰਨ ਦੀਆਂ ਗੱਲਾਂ ਹੋਰ ਹੁੰਦੀਆਂ। ਕਰਕੇ ਕੋਈ ਦੇਖ ਲਓ, ਮਹਾਂਪੁਰ ਕਹਿੰਦਾ ਸੇਵਾ ਤੋਂ ਮਿਲਦਾ ਮੇਵਾ, ਕਰਕੇ ਕੋਈ ਦੇਖ ਲਏ। ਮੈਂ ਕਹਿੰਦਾ ਵੀ ਇਹ ਬਾਣੀਆਂ ਪੜ੍ਹ ਕੇ ਕੋਈ ਦੇਖ ਲਏ। ਕਿਸੇ ਨੇ ਕਿਹਾ ਵੀ ਇਹ ਤਾਂ ਬਾਣੀ, ਕਿਸੇ ਨੇ ਕਿਹਾ ਇਹ ਤਾਂ ਐਂ ਨਹੀਂ, ਉਹ ਨਹੀਂ ਗੱਲ ਸੁਣਨੀ।
ਮੈਂ ਕਹਿੰਦਾ ਕਰਕੇ ਕੋਈ ਦੇਖ ਲੈ ਬਈ, ਤੂੰ ਕਰਕੇ ਦੇਖ ਲੈ, ਜਾਪ ਸਾਹਿਬ ਦੇ ਸੱਤ ਪਾਠ 40 ਦਿਨ ਕਰਕੇ ਦੇਖ ਲੈ, ਜੇ ਘਰ ਦੀ ਕਾਇਆ ਨਾ ਪਲਟ ਗਈ ਤਾਂ ਮੈਨੂੰ ਫੜ ਲਿਆ, ਘੁਮਾ ਦਿੰਦਾ ਸਭ ਕੁਛ। ਹਾਂ ਕਿਤੇ ਕਿਤੇ ਕਮੀ ਹੁੰਦੀ, ਗ੍ਰਿਸਤੀ ਬੰਦਿਆਂ ਨੂੰ ਚਾਹੀਦਾ ਕੇਸੀ ਨਹਾ ਕੇ ਇਹ ਦਸਮ ਦੀ ਬਾਣੀ ਦਾ ਪਾਠ ਕਰਨ, ਦੇਗ ਬਣਾ ਕੇ ਕਰਨ, ਸੁੱਚਮ ਰੱਖ ਕੇ ਕਰਨ, ਘਰ ਦੇ ਵਿੱਚ ਖਾਣਾ ਪੀਣਾ